ਦੂਰ ਸੰਚਾਰ ਵਿਭਾਗ ਨੇ ਪਿੰਡੂ ਖੇਤਰਾਂ ਚ ਕ੍ਰੇਲੂ ਬ੍ਰਾਡਬੈਂਡ ਫਾਈਬਰ ਕਨੈਕਸ਼ਨ ਦੇ ਵਿਸਥਾਰ ਲਈ ਇੰਟਰਨੈਟ ਸੇਵਾ ਪ੍ਰੋਵਾਈਡਰਾਂ ਨੂੰ ਨਾ ਬਲੂ ਕੀਤੇ ਜਾ ਰਹੀ ਯਤਨਾਂ ਲਈ ਮਾਨਤਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ ਸੰਚਾਰ ਮੰਤਰਾਲਾ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 1 ਸਾਲ ਵਿੱਚ ਪਿੰਡੂ ਖੇਤਰਾਂ ਚ ਜ਼ਿਆਦਾ ਗਿਣਤੀ ਚ ਕਨੈਕਸ਼ਨ ਦੇਣ ਵਾਲੇ 9 ਇੰਟਰਨੈਟ ਸੇਵਾ ਪ੍ਰੋਵਾਈਡਰਾਂ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਗਿਆ ਇਹਨਾਂ ਸੇਵਾ ਪ੍ਰੋਵਾਈਡਰਾਂ ਚ A B ਅਤੇ C ਸ਼੍ਰੇਣੀ ਚ ਤਿੰਨ ਤਿੰਨ ਸੇਵਾ ਪ੍ਰੋਵਾਈਡਰ ਸ਼ਾਮਿਲ ਨੇ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ਤੇ ਉਹਨਾਂ ਦਾ ਨਾਮ दूरसंचार विभाग की वैबसाइट से दर्शाया जाएगा